ਅੱਜ ਅਸੀਂ ਇਸ ਚੀਜ਼ ਦੀ ਤਾਂ ਪੋਜੀਸ਼ਨ ਦੀ ਜਿੱਤ ਸਮਝਦੇ ਹਾਂ, ਸਾਡੀ ਜਿੱਤ ਆ ਕਿ ਰਾਣਾ ਗੁਰਜੀਤ ਨੇ ਵੀ ਜਿਹੜਾ ਰੈਜ਼ਿਗਨੇਸ਼ਨ ਉਹਨੂੰ ਕਰਨਾ ਪਿਆ। ਜੇ ਅਸੀਂ ਇਸ ਤਰ੍ਹਾਂ ਸੜਕਾਂ 'ਤੇ ਨਾ ਉਤਰਦੇ, ਲੋਕਾਂ 'ਚ ਨਾ ਜਾਂਦੇ, ਲੋਕ ਰਾਜ ਦੇ ਅੰਦਰ ਲੋਕ ਇਲਾਜ ਬਹੁਤ ਜ਼ਰੂਰੀ ਹੈ। ਇਹਨਾਂ ਨੇ ਆਪਣੀ ਲੋਕ ਇਲਾਜ ਦੇ ਲਈ ਇਹ ਰੈਜ਼ਿਗਨੇਸ਼ਨ ਇਹਨਾਂ ਨੂੰ ਲੈਣਾ ਪਿਆ, ਕਿਉਂਕਿ ਇਹ ਬਿਲਕੁਲ ਹੀ ਲੋਕਾਂ ਦੇ ਅੰਦਰ ਬਦਨਾਮ ਹੋ ਰਹੇ ਸੀ। ਪਰ ਰਾਣਾ ਗੁਰਜੀਤ ਦੇ ਨਾਲ ਵੀ ਇਹ ਗੱਲ ਖਤਮ ਨਹੀਂ ਹੋਣੀ। ਇਹਨਾਂ ਦੇ ਹੋਰ ਮਿਨਿਸਟਰਾਂ ਦੇ ਉੱਪਰ ਵੀ ਭ੍ਰਿਸ਼ਟਾਚਾਰ ਦੇ ਆਰੋਪ ਨੇ, ਉਹ ਵੀ ਅਸੀਂ ਸਾਹਮਣੇ ਕੁਝ ਦਿਨਾਂ 'ਚ ਲੈ ਕੇ ਆ ਰਹੇ ਹਾਂ। ਇਹਦੇ ਲਈ ਵੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ।